ਰਾਹ ਚ ਤੁਹਾਨੂੰ ਕੋਈ ਤਕਲੀਫ ਤਾਂ ਨਹੀਂ ਹੋਈ? ਤੰਗ ਬੜਾ ਕੀਤਾ ਇਹਨਾਂ ਨੇ ਰਾਹ ਦੇ ਵਿੱਚ, ਕਮੀਜ਼ਾਂ ਲਾ ਕੇ ਬਹਿ ਗਏ, ਕਹਿੰਦੇ ਗਰਮੀ ਲੱਗਣ ਡਈ ਏ। ਮੀਆਂ ਸਾਹਿਬ ਤੁਸੀਂ ਵੀ ਤੇ ਇਹਨਾਂ ਨੂੰ ਜਹਾਜ਼ ਦੀ ਛੱਤ ਤੇ ਪਾਉਣਾ ਸੀ। ਜੇ ਫੇਰ ਵੀ ਗਰਮੀ ਦੂਰ ਨਾ ਹੋਵੇ ਤੇ ਜਹਾਜ਼ ਦੇ ਇੰਜਨ ਨਾਲ ਬੰਨ ਦੇਈਦਾ ਹੁੰਦਾ। ਹੁਣ ਖੈਰ ਨਾਲ ਮੈਨੂੰ ਮਿਲਣ ਆਇਓ ਜਾਂ ਮੇਰੇ ਮਾੜੇ ਹਾਲਾਤ ਵੇਖਣ ਆਇਓ? ਨਹੀਂ ਜਨਾਬ, ਸਾਡੀ ਮਜਾਲ ਆ। ਆਪਣਾ ਮੁਸ਼ਰਫ ਕੋਲੋਂ ਡਰ ਲੱਗਣ ਲੱਗ ਪਿਆ ਨਾ? ਉਹ ਡੱਬ ਨਾਲ ਛੁਰੀ ਲਾ ਕੇ ਫਿਰਦਾ। ਸਹੀ ਦੱਸੋ ਮੀਆਂ ਸਾਹਿਬ, ਫੌਜ ਤੋਂ ਤਾਂ ਨਹੀਂ ਡਰ ਲੱਗਣ ਲੱਗ ਪਿਆ? ਛੱਡੋ ਇਹਨੂੰ, ਬਿਲਾਵਲ ਦਾ ਸੁਣਾਓ, ਅੱਜ ਕੱਲ ਕੀ ਕਰ ਰਿਹਾ? ਅੱਜ ਕੱਲ ਪੜ੍ਹਾਈ ਪੜੂਈ ਛੱਡੀ ਫਿਰਦਾ, ਕਹਿੰਦਾ ਮੈਂ ਫੌਜੀ ਬਣਨਾ। ਅੱਛਾ, ਰਹਿਮਾਨ ਮੁਲਕ ਨਜ਼ਰ ਨਹੀਂ ਆ ਰਿਹਾ? ਉਹਨੇ ਅੱਜ ਕੱਲ ਠੇਕਾ ਲਿਆ ਟੈਂਟ ਸਪਲਾਈ ਕਰਨ ਦਾ। ਕਿਹਨੂੰ? ਫੌਜੀਆਂ ਨੂੰ। ਨਾ ਹੁਣ ਸਾਨੂੰ ਡਰਾਈ ਜਾਣਾ? ਮੈਂ ਕਹਿੰਦਾ ਤੁਸੀਂ ਹਟ ਜਾਓ, ਤੁਹਾਡੀਆਂ ਸਟੀਲ ਮਿੱਲਾਂ ਕਾਇਮ ਰਹਿਣ। ਉਹਦੇ ਲਈ ਫਿਰ ਕੀ ਕਰੀਏ? ਮੀਆਂ ਸਾਹਿਬ ਸਲਮਾਨੀ ਟੋਪੀ ਲੈ ਲਓ, ਜਦੋਂ ਮਸਲਾ ਹੋਇਆ ਲੁੱਕ ਗਿਆ। ਏਡਾ ਸੋਹਣਾ ਮਸ਼ਵਰਾ ਦਿੱਤਾ ਮੀਆਂ ਸਾਹਿਬ, ਦੰਦ ਨਾ ਕੱਢੋ, ਹੁਣ ਸਾਰੇ 200 ਰੁਪਇਆ ਕੱਢੋ। ਮੈਂ ਤਾਂ ਕਹਿੰਦਾ ਜ਼ਰਦਾਰੀ ਸਾਹਿਬ, ਇਹਨਾਂ ਨੂੰ ਘਰੋਂ ਕੱਢੋ। ਬੇਜ਼ਾਬੀ ਟੋਟੇ। ਅੱਜ ਮੈਂ ਬਹੁਤ ਬੋਲਣਾ ਵਾਂ, ਮੈਂ ਕਾਂ ਖਾਧਾ ਵਾ। ਸਿਰਫ ਮੁਕਤਸਰ ਜੀ ਗੱਲ ਕਰਾਂਗਾ ਮੈਂ, ਚੌਧਰੀ ਨਿਸਾਰ ਨਹੀਂ। ਉਹ ਤੇ ਬੱਚੇ ਦੀ ਪੈਦਾਇਸ਼ ਦੀ ਇਤਲਾਹ ਦਿੰਦਾ ਹੋਵੇ, ਪਿੱਛੋਂ ਬੱਚੇ ਦੇ ਵਿਆਹ ਦਾ ਕਾਰਡ ਆ ਜਾਂਦਾ। ਲੋਕੀ ਜ਼ਿੰਮੇਦਾਰ ਹੁੰਦੇ ਆ, ਇਹ ਚੌਧਰੀ ਜ਼ਿੰਮੇਵਾਰ ਆ। ਉਹਦਾ ਨਾਮ ਸੁਣ ਕੇ ਮੇਰੇ ਦਿਮਾਗ ਦੇ ਕੀੜੇ ਫਰਫਰਾਉਣ ਲੱਗ ਪੈਂਦੇ ਆ। ਇਹੋ ਜਿਹਾ ਵਜ਼ੀਰੇ ਦਾਖਲਾ ਉਦੋਂ ਬਣਦੇ ਆ ਜਦੋਂ ਘੰਟਾ ਹਸਪਤਾਲ, ਘੰਟਾ ਸਕੂਲ ਤੇ 2 ਦਿਨ ਪਾਗਲਖਾਨੇ ਦਾਖਲ ਰਹਿੰਦੇ ਆ। ਅੱਜ ਤੱਕ ਮੈਂ ਇਹੋ ਜਿਹੀ ਸਿੱਧੀ ਜਲੇਬੀ ਨਹੀਂ ਵੇਖੀ। ਇਹੋ ਜਿਹਿਆਂ ਦੀ ਦਾੜੀ ਆਊਟਡੋਰ ਘੱਟ ਹੁੰਦੀ ਹੈ, ਇਨਡੋਰ ਬਹੁਤੀ ਹੁੰਦੀ ਹੈ। ਮੈਨੂੰ ਕਹਿੰਦਾ ਕਿ ਬਲਾਵਲ ਨਾ ਸਮਝ ਬੱਚਾ ਵਾ, ਮਾਮਾ ਮੈਂ ਤੇਰੇ ਕੋਲੋਂ ਕੀ ਫੀਡਰ ਖੋ ਲਿਆ ਵਾ, ਜਾਂ ਮੇਰੀ ਟਿਊਸ਼ਨ ਦੀ ਫੀਸ ਤੂੰ ਦੇਣਾ ਵਾ। ਸਾਡੇ ਪਿੱਛੇ ਪੈ ਗਿਆ, ਕਦੀ ਡਾਕਟਰ ਰਾਸ਼ਮ ਨੂੰ ਫੜ ਲੈਂਦਾ, ਕਦੀ ਉਹ ਸਾਡੀ ਮਸ਼ਹੂਮ ਅਯਾਨ ਅਲੀ ਨੂੰ ਫੜ ਲੈਂਦਾ। ਤੂੰ ਵਜ਼ੀਰੇ ਦਾਖਲਾ ਵਾ ਕਿ ਸ਼ਿਕਾਰੀ ਆ? ਬੇਜ਼ਾਬੀ ਟੋਟੇ। मैंने प्रोड्यूसर से कहा मैं जो मर्जी करूं तुम मुझको ना टोकियो। प्रोड्यूसर ने मुझे किराए पे साइकिल लेके दी और कहा पहुंच जाओ टोकियो। यहां पहुंचकर मैं हक्का बक्का रह गया, हर बंदा अपना काम खुद ही कर रहा है। हाँ, अगर कमर पे खारिश करनी हो तो फिर किसी को कहना पड़ता है। बैठो बैठो, मैं किसी रक्षे दे माज भाई तो नहीं, पर बैठो ट्राई कर लेंदे हैं। ਇਹ ਚਾਦਰ ਲੈ ਲਓ, ਰਸਤੇ 'ਚ ਕੋਈ ਸਦਕਾ ਖਰਾਇਦ ਵੀ ਮਿਲ ਜਾਂਦਾ, ਉਹ ਇਹਦੇ 'ਚ ਇਕੱਠਾ ਕਰਨਾ। ਸਾਰਾ ਜਪਾਨ ਘੁੰਮ ਕੇ ਦੇਖਾ ਪਰ ਮੁਝੇ ਕੋਈ ਲੰਬਾ ਜਪਾਨੀ ਨਜ਼ਰ ਨਹੀਂ ਆਇਆ, ਇਹ ਕੀ ਗੱਲ ਹੋਈ? ਲੰਬੇ ਕੱਦ ਦਾ ਇੱਕ ਨੁਕਸਾਨ ਹੈ। ਵੋ ਕਿਆ? ਇਹ ਤੇ ਸਾਰੇ ਬੰਦੇ ਵੈਗਨਾਂ 'ਚ ਸਫ਼ਰ ਕਰਦੇ ਨੇ, ਕੱਦ ਲੰਬਾ ਹੋਵੇ ਤੇ ਵੈਗਨ ਦੀ ਛੱਤ ਪੁੜਪੁੜੀ 'ਚ ਵੱਜਦੀ ਹੈ, ਇਸ ਲਈ ਇੱਥੇ ਛੋਟਾ ਕੱਦ ਹੀ ਸੂਟ ਕਰਦਾ। ਭਾਈ ਚੂਸਲੀ, ਆਪ ये बताएं, अक्सर जापानी अपने नाक से फिने क्यों होते हैं? मैं को पूछिए है? आहो जी। ओ इसलिए कि सारा दिन जापानी सीधे काम करते हैं ते रात नु पुठे होके सोंदे हैं, इसलिए सारा जोर नक ते पेंदा है ते ओ फिने हो जांदे हैं। चाचा मूली, आप मुझे ये बताएं, क्या मैं जापानी सीख सकता हूँ? ਹਾਂ ਖੜਪੈਂਚ, ਤੂੰ ਸਿੱਖ ਸਕਦਾ ਅਗਰ ਤੈਨੂੰ ਬਿੱਲੀ ਦੀ ਆਵਾਜ਼ ਆਉਂਦੀ ਏ ਮਿਆਓ ਮਿਆਓ, ਜਾਂ 2-4 ਮਹੀਨੇ ਕੱਚੇ ਜਪਾਨੀ ਫਲ ਖਾ। ਜੇ ਬਿਹਤਰ ਬੋਲਣੀ ਏ ਤੇ ਨੱਕ ਦੇ ਵਿੱਚ ਛਲੀਆਂ ਦੇ ਦਾਣੇ ਰਖਾ। ਜਪਾਨੀਓ ਨੇ ਮੁਝੇ ਡੱਡੂ ਖਿਲਾਨੇ ਕੀ ਕੋਸ਼ਿਸ਼ ਕੀ, ਮਗਰ ਮੈਨੇ ਸਿਰਫ ਸ਼ੋਰਾ ਪੀਆ। ਬੇਜ਼ਾਬੀ ਟੋਟੇ। ਮੈਂ ਪਾਕਿਸਤਾਨੀ ਟੀਮ ਨੂੰ ਕਿਹਾ ਸੀ ਜੇ ਤੁਸੀਂ ਇੰਡੀਆ ਤੋਂ ਮੈਚ ਜਿੱਤਣਾ ਤੇ ਇੱਥੋਂ ਨੱਸ ਜਾਓ ਤੇ ਉਦੋਂ ਵਾਪਸ ਆਉਣਾ ਜਦੋਂ ਵਰਲਡ ਕੱਪ ਮੁੱਕ ਜਾਏ, ਬਲਕਿ ਉਦੋਂ ਤੱਕ ਨਾ ਆਉਣਾ ਜਦੋਂ ਤੱਕ ਦੁਨੀਆ ਤੋਂ ਕ੍ਰਿਕਟ ਨਾ ਮੁੱਕ ਜਾਏ। ਨਹੀਂ ਮੰਨੇ, ਸਭ ਤੋਂ ਪਹਿਲੇ ਟਾਸ ਹਰੇ, ਬੈਟਿੰਗ ਕੀਤੀ ਤੇ ਨਸੀਬ ਹਰੇ, ਜੇ ਬੋਲਿੰਗ ਕੀਤੀ ਤੇ ਡੁੱਬ ਕੇ ਹੀ ਮਰੇ। ਮਾਮਿਆਂ ਨੇ ਨਾਂ ਮੇਰਾ ਲਾਤਾ ਕਿ ਉੱਥੇ ਜਾ ਕੇ ਪਤਾ ਨਹੀਂ ਕਿਹੜੇ ਪੁੱਠੇ ਸਿੱਧੇ ਮਛਰਿਆਂ ਦੇ ਫੀਡਰ ਭਰ ਕੇ ਦਿਆ ਹੈ। ਖਾਨ ਸਾਹਿਬ ਦੀ ਨਾ ਇੱਥੇ ਇੱਜ਼ਤ ਹੁੰਦੀ ਨਾ ਉੱਥੇ ਇੱਜ਼ਤ ਰਹੀ, ਆਪਣੇ ਲੀਡਰ ਨੂੰ ਸ਼ਰਮਿੰਦਾ ਨਹੀਂ ਕਰਵਾਈਦਾ, ਸਿਰਫ ਤੁਹਾਨੂੰ ਜਿੱਤਣ ਦਾ ਹੀ ਕਿਹਾ ਸੀ ਨਾ, ਉਹਨਾਂ ਦੇ 2-4 ਖਿਲਾੜੀ ਕਿਰਾਏ ਤੇ ਲੈ ਲੈਂਦੇ।
ਰੋਂਦੀ ਪਿੱਟ ਲੈਂਦੇ, ਪਿੱਚ ਤੇ ਉਲਟੀਆਂ ਕਰ ਦਿੰਦੇ, ਗੇਂਦ ਦੀ ਜਗ੍ਹਾ ਤੇ ਇੱਟਾਂ ਮਾਰਦੇ, ਅੰਪਾਇਰ ਦੀ ਅੱਖਾਂ ਦੇ ਵਿੱਚ ਬੱਲੇ ਮਾਰਦੇ। ਕੀ ਸੀ ਜੇ ਦੋ ਚਾਰ ਸਪਿਨਰ ਪਾ ਲੈਂਦੇ, ਉਹ ਲੋਕੀ ਆਲਵਾਂ ਚ ਮਟਰ ਵੀ ਤੇ ਪਾ ਲੈਂਦੇ ਆ। ਜ਼ਾਲਮੋ ਹਰ ਵਾਰੀ ਇੰਡੀਆ ਤੋਂ ਹਾਰ ਕੇ ਪੀ ਟੀ ਆਈ ਦਾ ਨਾਮ ਬਦਨਾਮ ਕਰਦੇ ਹੋ। ਹਾਏ ਹਾਏ ਸਾਡੀ ਟੀਮ, ਹਾਏ ਹਾਏ। ਹੁਣ ਤੂੰ ਭਾਈ ਦਵਾਈ ਲੈ। ਬੇਜ਼ਾਬੀ ਟੋਟੇ ਅਮੇ ਸੇ ਮੇਰੀ ਕਿਸੇ ਨੇ ਪੈਨਸਲ ਕੱਢ ਲਈ ਹੈ, ਦੋ ਤਿੰਨ ਤੋਂ ਲੱਭਣ ਨਹੀਂ ਰਹੀ। ਮਰੇ ਨਵੀਂ ਲੈ ਲਾ। ਲੈ ਐਵੇਂ ਨਵੀਂ ਲੈ ਲਾ, ਇਸ ਕਲਾਸ ਵਿੱਚ ਸ਼ਾਹ ਸਾਹਿਬ ਦਾ ਬਸਤਾ ਖੋਲੋ, ਯਕੀਨਨ ਲੱਭ ਜਾਏਗੀ। ਸ਼ਾਹ ਸਾਹਿਬ ਤੇ ਬਸਤਾ ਲਿਆਉਂਦੇ ਨਹੀਂ, ਉਹ ਤੇ ਟਿਫਨ ਲਿਆਉਂਦੇ ਆ। ਇਹੋ ਜਿਹਾ ਮਾਸੂਮ ਸਟੂਡੈਂਟ ਤੇ ਪੂਰੀ ਕਲਾਸ 'ਚ ਨਹੀਂ ਹੈਗਾ। ਆ ਕਾਪੀ ਨੱਕ ਨਾ ਲਿਖਾਂ? ਮੇਰੇ ਨਾਲ ਨੱਕ ਨਾ ਲਿਖ, ਭਾਵੇਂ ਜ਼ਬਾਨ ਨਾ ਲਿਖ, ਮੈਨੂੰ ਲਿਖ ਕੇ ਵਿਖਾ। ਮੈਡਮ ਸੱਚੀ ਕਹਿ ਰਿਹਾ? ਅੰਤਰੇ ਤੈਨੂੰ ਬਹੁਤੀ ਤਕਲੀਫ ਹੈ ਤੇ ਕੋਲੋਂ ਦੇ ਦੇ। ਮੈਡਮ ਜੀ ਮੈਨੂੰ ਪੈਨਸਲ ਦੇਣ ਤੇ ਕੋਈ ਇਤਰਾਜ਼ ਨਹੀਂ, ਤੁਸੀਂ ਇੱਕ ਵਾਰੀ ਸ਼ਾਹ ਸਾਹਿਬ ਦਾ ਟਿਫਨ ਖੋਲੋ, ਸ਼ਾਇਦ ਉਹਦੇ 'ਚ ਨਜ਼ਰ ਆ ਜਾਏ। ਹੁਣ ਸ਼ਾਹ ਦਾ ਨਾਂ ਲਿਆ ਤੇਰੇ ਸੋਟੀਆਂ ਪੈਣੀਆਂ। ਮਿਸ ਮੈਂ ਸਵੇਰੇ ਬੂਟ ਬਾਹਰ ਲਾ ਕੇ ਆਇਆ, ਕਿਸੇ ਚਵਲ ਨੇ ਵਿੱਚ ਥੁੱਕਾ ਪਾਤੀਆਂ, ਉਹ ਬਾਹਰ ਪਾਇਆ, ਆ ਮਸ਼ੀਨ ਨੇ ਦੱਸਿਆ ਕਿ ਫੈਸਲ ਨੇ ਪਾਈਆਂ ਨੇ। ਇਹ ਝੂਠ ਬੋਲਣ ਦੇ ਆ। ਮੈਂ ਤੁਹਾਡੇ ਕੰਨ ਫੜਾ ਦੇਣੇ ਆ। ਹਾਂ ਤੇ ਕੰਨ ਫੜਾ ਉਹਨੂੰ ਜਿਹਨੇ ਚੋਰੀ ਕੀਤੀ ਆ। ਕੋਈ ਇੱਕ ਬੋਲੇ ਤੇ ਸਮਝ ਆਵੇ। ਤੂੰ ਚੁੱਪ ਕਰ, ਤੁਸੀਂ ਨਰਮੀ ਨਾਲ ਪੜਨ ਦੇ ਕਾਬਿਲ ਹੀ ਨਹੀਂ ਹੈਗੇ। ਸਹੀ ਕਿਹਾ ਮੈਂ, ਸਾਰੇ ਜਾਹਲ ਆ। ਵੇਖ ਲੈ ਬੋਲੇ ਨਾ ਤੇ ਸਹੀ ਤੇ ਲਾ ਜਾਣੀ ਗੱਲ। ਚੁੱਕੋ ਬਸਤੇ ਤੇ ਨਿਕਲ ਜਾ ਇੱਥੋਂ। ਓਏ ਆ ਜਾ ਚਲੀਏ, ਸਾਡੇ ਵਰਗੇ ਨਲਾਇਕ ਸਟੂਡੈਂਟ ਦੀ ਤੇ ਇਹਨਾਂ ਨੂੰ ਵੈਸੇ ਨਹੀਂ ਕਦਰ ਹੈਗੀ। ਬੇਜ਼ਾਬੀ ਟੋਟੇ ਨਾਜ਼ਰੀਨ, ਇੱਕ ਪਾਕਿਸਤਾਨੀ ਖਿਲਾੜੀ ਧੱਕੇ ਨਾਲ ਹੀ ਕੰਧ ਟੱਪ ਕੇ ਸਾਡੇ ਸਟੂਡੀਓ 'ਚ ਆ ਗਿਆ ਵਾ। ਫਵਾਦ ਆਲਮ ਸਾਹਿਬ, ਟੀਮ ਤੁਹਾਨੂੰ ਦੁੱਧ 'ਚੋਂ ਮੱਖੀ ਤਰ੍ਹਾਂ ਕੱਢ ਕੇ ਤੇ ਆਪ ਦੌਰੇ 'ਤੇ ਚਲੀ ਗਈ ਹੈ। ਇਹਨਾਂ ਦੇ ਬੈਟ ਵਿੰਗੇ ਹੋ ਜਾਣ, ਇਹਨਾਂ ਦੇ ਪੈਡਾਂ ਨੂੰ ਕੀੜੇ ਪੈਣ ਤੇ ਹੈਲਮਟ ਤੇ ਐਡੇ ਐਡੇ ਫੋੜੇ ਨਿਕਲਣ, ਮੈਨੂੰ ਇਹ ਪੁਰਾਣਾ ਕੂਲਰ ਸਮਝ ਕੇ ਛੱਡ ਗਏ ਨੇ। ਨਹੀਂ, ਮੇਰਾ ਖਿਆਲ ਹੈ ਤੇਰੀ ਜੁਰਾਬਾਂ 'ਚ ਬਹੁਤ ਬਹੁਤ ਹੁੰਦੀ ਹੋਣੀ ਆ, ਇਸ ਲਈ ਛੱਡ ਗਿਆ। ਚੱਲ ਖੈਰ, ਇਹ ਦੱਸ ਇਹ ਹੁਣ ਉੱਥੇ ਕੀ ਕਰਨਗੇ? ਕੀ ਕਰਨਗੇ? ਉਹ ਵੀ ਮੇਰੇ ਤੋਂ ਬਗੈਰ? ਤੇ ਚਾਹਵਾਂ ਇਹਨਾਂ ਨੂੰ ਕੌਣ ਲਿਆ ਕੇ ਬੁਲਾਊ? ਟੀਮ ਦੇ ਅੱਧੇ ਪਲੇਅਰ ਤੇ ਵੈਸੇ ਹੀ ਟਾਈਮ ਨਾਲ ਨਹੀਂ ਉੱਠਦੇ, ਇਹਨਾਂ ਦੀ ਧੁਨੀ 'ਚ ਖਾਰਜ ਕਰ ਕਰਕੇ ਤੇ ਮੈਂ ਇਹਨਾਂ ਨੂੰ ਉਠਾਉਂਦਾ। ਉੱਤੋਂ ਇਹ ਸ਼ੋਖੇ ਬੁਰਸ਼ ਵੀ ਨਹੀਂ ਕਰਦੇ, ਉੱਠਦੇ ਆ ਸਾਰੇ ਹੀ ਨਾਨ ਚਣੇ ਨੂੰ ਪੈਂਦੇ। ਸਈਦ ਅਜਮਲ ਨੂੰ ਦੇਖ ਲਓ ਜੀ, ਗੇਂਦ ਨੂੰ ਥੁੱਕ ਲਾ ਲਾ ਕੇ ਉਹਨੂੰ ਕਿਲੋ ਦੀ ਕਰ ਦਿੰਦਾ, ਉਹੀ ਗੇਂਦ ਉਮਰ ਰਗੜ ਰਗੜ ਕੇ ਅੱਧਪਾ ਦੀ ਕਰ ਦਿੰਦਾ। ਤੇ ਜਿਹੜੇ ਖਿਲਾੜੀ ਟੀਮ ਨੂੰ ਚਲਾਉਣ ਵਾਸਤੇ ਜ਼ਰੂਰੀ ਆ ਉਹਨਾਂ ਨੂੰ ਨੱਥੀ ਕਰਾਤਾ, ਤੇ ਜਿਹੜੇ ਚਲਾਣ ਕਰਾਉਂਦੇ ਫਿਰਦੇ ਆ ਉਹਨਾਂ ਨੂੰ ਟੀਮ ਦੇ ਵਿੱਚ ਲੈ ਲਿਆ। ਮੈਂ ਨਾ ਸਹੀ, ਮੇਰੀਆਂ ਮੁੱਛਾਂ ਹੀ ਲੈ ਜਾਂਦੇ, ਮੈਨੂੰ ਦੁੱਖ ਤੇ ਨਾ ਹੁੰਦਾ। ਬੇਜ਼ਾਬੀ ਟੋਟੇ ਅਸੀਂ ਕਰਾਚੀ ਰਹਿੰਦੇ ਹਾਂ, ਸਾਨੂੰ ਪਤਾ ਇੱਥੇ ਬਹੁਤ ਗੰਦ ਆ, ਤੇ ਉਸ ਗੰਦ ਨੂੰ ਕੋਈ ਹੱਥ ਵੀ ਲਾਵੇ ਤੇ ਸਾਨੂੰ ਸਖਤ ਨਾ ਪਸੰਦ ਆ। ਮੇਰਾ ਮਤਲਬ ਜਿੱਥੇ ਘੱਟ ਨਜ਼ਰ ਆਵੇ ਉੱਥੇ ਹੋਰ ਪਾਓ। ਜਨਾਬ ਸਾਨੂੰ ਕਿਉਂ ਬੁਲਾਇਆ ਵਾ? ਤੁਹਾਨੂੰ ਇਸ ਲਈ ਬੁਲਾਇਆ, ਘਰ ਜਾ ਕੇ ਕੂੜਾ ਗਲੀ 'ਚ ਸਿੱਟੋ, ਅੱਧਾ ਖਿੱਚ ਕੇ ਮਸਾਇਆਂ ਦੇ ਬੂਹੇ ਤੇ ਮਾਰੋ, ਤੇ ਜਿਸ ਟਾਈਮ ਗਲੀ ਕੂੜਾ ਕੂੜਾ ਹੋ ਜਾਏ ਮੀਡੀਆ ਬੁਲਾ ਲਓ, ਉਹਨਾਂ ਨੂੰ ਬੁਲਾ ਕੇ ਕਹੋ ਕਿ ਵੇਖ ਲਓ ਹਕੂਮਤ ਕੰਨਾਂ 'ਚ ਝਾੜੂ ਦੇ ਕੇ ਸੁੱਤੀ ਆ, ਅਗਰ ਤੁਹਾਡੇ ਇਲਾਕੇ ਦਾ ਗਟਰ ਖੁੱਲ੍ਹਾ ਤਾਂ ਉਹਨੂੰ ਬੰਦ ਕਰੋ, ਨਾ ਬੰਦ ਹੋਵੇ ਤਾਂ ਰਜ਼ਾਈਆਂ ਤੋਂ ਦਿਓ, ਫਿਰ ਗੌਰਮੈਂਟ ਦੇ ਖਿਲਾਫ ਇਤਜਾਜ ਕਰੋ ਤੇ ਉਹਨਾਂ ਨੂੰ ਬੁਰਾ ਭਲਾ ਕਹੋ, ਤੇ ਏਡੀ ਏਡੀ ਗਾਲ ਕੱਢੋ, ਫਿਰ ਫਰੂਟ ਵਾਲੀਆਂ ਰੇਹੜੀਆਂ ਤੇ ਜਾਓ। ਉੱਥੇ ਕੀ ਕਰਨਾ? ਓਏ ਉੱਥੇ ਤੇ ਸਾਨੂੰ ਸਾਡੀ ਮਿਹਨਤ ਦਾ ਫਲ ਮਿਲਣਾ, ਸੇਬ ਕੇਲੇ ਅਮਰੂਦ ਚੀਕੂ ਦੁਆਣੇ, ਉੱਥੇ ਆਪਣੀ ਮਿਹਨਤ ਦਾ ਫਲ ਰੱਜ ਕੇ ਖਾਓ। ਬੇਜ਼ਾਬੀ ਟੋਟੇ ਅਸੀਂ ਫੜਾਂਗੇ ਮੁਸ਼ਰਫ ਨੂੰ, ਉਹਨੇ ਕੋਈ ਕੱਚਾ ਅੰਡਾ ਨਹੀਂ ਤੋੜਿਆ, ਉਹਨੇ ਮੁਲਕ ਦਾ ਆਈ ਤੋੜਿਆ, ਤੁਸੀਂ ਮਿਲ ਕੇ ਉਹਦਾ ਬਦਲਾ ਲੈਣਾ, ਕੱਲਾ ਮੇਰੇ ਤੇ ਨਹੀਂ ਰਹਿਣਾ। ਇਸ ਗੱਲ ਤੋਂ ਨਹੀਂ ਡਰਨਾ ਕਿ ਉਹ ਫੌਜੀ ਆ, ਬਸ ਇਸ ਤੋਂ ਡਰਨਾ ਕਿ ਉਹਦੇ ਅੱਗੇ ਪਿੱਛੇ ਬੜੇ ਫੌਜੀ ਆ। ਸੁਬਾ ਸੁਬਾ ਉੱਠ ਕੇ 에ਅਰਪੋਰਟ ਨਿਕਲ ਗਿਆ ਕਰੋ, ਉਹਨੇ ਕਿਸੇ ਬੈਗ 'ਚ ਲੁੱਕ ਕੇ ਬਾਹਰ ਚਲੇ ਜਾਣਾ। ਜੇ ਤੁਹਾਡੇ ਹੁੰਦਿਆਂ ਉਹ ਨਿਕਲ ਗਿਆ, ਤੁਸੀਂ ਸਾਰੇ ਮੇਰੇ ਵਾਸਤੇ ਮਰ ਗਏ ਤੇ ਮੈਂ ਤੁਹਾਡੇ ਸਾਰਿਆਂ ਵਾਸਤੇ ਜ਼ਿੰਦਾ। ਮੈਂ ਤੁਹਾਨੂੰ ਚਾਬੀ ਦੇ ਦੇ ਕੇ ਥੱਕ ਗਿਆ, ਮੁਸ਼ਰਫ ਦੇ ਪਿੱਛੇ ਪੈ ਜਾਓ, ਕੋਸ਼ਿਸ਼ ਕਰੋ ਮੇਰੇ ਦੌਰੇ ਹਕੂਮਤ 'ਚ ਉਹਨੂੰ ਸਜ਼ਾ ਮਿਲ ਜਾਏ, ਫਿਰ ਮੈਂ ਮੰਨਾਂਗਾ ਤੁਹਾਨੂੰ ਤੁਸੀਂ ਨਵਾਜ਼ ਸ਼ਰੀਫ ਦਾ ਹੱਕ ਅਦਾ ਕਰ ਦਿੱਤਾ। ਸਾਨੂੰ ਮੁੱਕੇ ਵਿਖਾਉਂਦਾ, ਉਹੀ ਮੁੱਕੇ ਉਹਦੇ ਢਿੱਡ 'ਚ ਮਾਰਨੇ ਆ। ਹਾਂ ਬਈ ਮਾਰੋਗੇ ਮੁੱਕੇ? ਡਰ ਲੱਗਦਾ ਸਾਨੂੰ। ਓਏ ਡਰਨਾ ਨਹੀਂ, ਉਹ ਕੋਈ ਬੰਬ ਬੰਨ ਕੇ ਨਹੀਂ ਫੇਰਦਾ। ਕਿੱਦਾਂ ਫੇਰਦਾ? ਓਏ ਉਦਾਂ ਹੀ ਫੇਰਦਾ, ਬਲਕਿ ਆਪਣੀ ਹਰ ਗੱਲ ਤੋਂ ਫੇਰਦਾ, ਜਿੱਥੇ ਨਜ਼ਰ ਆਏ ਉਹਦੇ ਬੂਟ ਲਵਾ ਲਓ।
ਨੰਗੇ ਪੈਰੀ ਉਹਦੀ ਦੌੜ ਲਵਾ ਦਿਓ, ਅੱਲਾ ਤੁਹਾਨੂੰ ਅਜਰ ਦੇਗਾ। ਉਹਨੇ ਨਵਾਜ਼ ਸ਼ਰੀਫ ਨੂੰ ਬੜੇ ਦੁੱਖ ਦਿੱਤੇ ਆ। ਬੇਜ਼ਾਬੀ ਟੋਟੇ ਕੋਇਟਾ ਦੇ ਰਹਾਇਸ਼ੀ ਸਰਦੀ ਆਉਂਦਿਆਂ ਹੀ ਸਿਰ ਤੇ ਇਸ ਤਰ੍ਹਾਂ ਟੋਪੀ ਰੱਖ ਲੈਂਦੇ ਨੇ ਜਿਵੇਂ ਪੰਚਾਇਤ ਦੇ ਵਿੱਚ ਕਿਸੇ ਸਿਆਣੇ ਦੀ ਗੱਲ ਰੱਖੀ ਦੀ ਹੈ। ਇਸ ਟੋਪੀ ਦਾ ਕੀ ਫਾਇਦਾ ਹੈ, ਆਓ ਚੱਲ ਕੇ ਕਿਸੇ ਟੋਪੀ ਵਾਲੇ ਭਾਈ ਕੋਲੋਂ ਪੁੱਛਦੇ ਹਾਂ। ਪਹਿਲਾ ਫਾਇਦਾ ਤਾਂ ਇਹ ਹੈ ਕਿ ਜੀ ਠੰਡੀ ਹਵਾ ਨਹੀਂ ਲੱਗਦੀ, ਦੂਜਾ ਫਾਇਦਾ ਇਹ ਹੈ ਕਿ ਵਾਰ ਵਾਰ ਸਿਰ ਨਹੀਂ ਵਾਹੁਣਾ ਪੈਂਦਾ, ਅਤੇ ਤੀਜਾ ਫਾਇਦਾ ਕਿ ਜੂਆਂ ਦਾ ਦਮ ਘੁੱਟ ਕੇ ਅਤੇ ਜੂਆਂ ਮਰ ਜਾਂਦੀਆਂ ਨੇ। ਉਹ ਯਾਰ ਇਸ਼ਕਾ ਬੜਾ ਫਾਇਦਾ ਹੈ, ਠੰਡ ਲੱਗੀ ਤੋ ਸਿਰ ਪਰ ਰੱਖ ਲਈ ਹੈ, ਅਗਰ ਕਹੀਂ ਪੇ ਚੌਲ ਵੰਡੀ ਕੇ ਹੋਏ ਤੋ ਟੋਪੀ ਸੀਧਾ ਕੀ ਹੈ ਉਸਮੇ ਚੌਲ ਡਲਵਾ ਲਈ ਹੈ। ਮੈਂ ਇਸਕੇ ਬਗੈਰ ਵੀ ਖੂਬਸੂਰਤ ਹੂੰ। ਉਹ ਮਾੜਾ ਥੋੜਾ ਕੋਲ ਹੋ ਜਾਓ, ਮੇਰੇ ਕੋਟ ਕੀ ਵਜ੍ਹਾ ਸੇ ਤੇਰੇ ਕੋ ਠੰਡ ਨਹੀਂ ਲੱਗੇਗੀ, ਔਰ ਮੇਰਾ ਟੋਪੀ 5 ਫੁੱਟ ਤੱਕ ਸੇਕ ਦੇਤੀ ਹੈ। ਰੋਜ਼ ਕਾ 200-400 ਇੱਕ ਦੋ ਟੋਪੀ ਵਿਕ ਜਾਤਾ ਹੈ। ਤੂੰ ਨਹੀਂ ਪਾਈ, ਟਿੰਡ ਸਲਿਪ ਕਰਤਾ ਹੈ, ਗਿਰ ਜਾਤੀ ਹੈ। ਮੇਰੇ ਪਾਸ ਇਧਰ ਖੋਤੇ ਕੀ ਖਾਲ ਵਾਲਾ ਟੋਪੀ ਹੈ ਔਰ ਟੋਪੀ ਡਰਾਮੇ ਵਾਲਾ ਟੋਪੀ ਵੀ ਹੈ। ਕੋਇਟਾ ਦੇ ਲੋਕ ਅੱਜ ਕੱਲ ਕੁੱਕੜ ਸਾੜ ਕੇ ਉਹਦੀ ਟੋਪੀ ਬਣਾਉਣ ਦੇ ਚੱਕਰਾਂ 'ਚ ਨੇ। ਜਮਸ਼ੇਦ ਚਿਮਟੀ ਜੀਓ ਤੇਜ਼ ਕੋਇਟਾ। ਬੇਜ਼ਾਬੀ ਟੋਟੇ ਥੋੜੇ ਉਰਾਂ ਉਰਾਂ ਹੋ ਜਾਓ। ਹਲਵਾ ਵੰਡਣ ਲੱਗਾ? ਤੂੰ ਤਾਂ ਪਰਾਂ ਹੀ ਹੋ ਜਾ, ਬਲਕਿ ਪਰਾਂ ਕੀ ਦਫਾ ਹੀ ਹੋ ਜਾ। ਹਾਂ ਗੱਲ ਇਹ ਆ ਮੇਰੇ ਭਾਈਓ, ਅਗਰ ਮੁਲਕ 'ਚ ਥੋੜ੍ਹਾ ਜਿਹਾ ਅਮਨ ਚਾਹੁੰਦੇ ਹੋ ਤਾਂ ਫਿਰ ਤਾਲ ਬਾਤ ਨਾ ਮਜ਼ਾਕਰਾਤ ਜ਼ਰੂਰੀ ਨਾ। ਆ ਜਿਹੜੀ ਠਾਹ ਕਰਕੇ ਆਵਾਜ਼ ਆਉਂਦੀ ਇਸ ਰਿੰਗ ਟੂਨ ਨੂੰ ਰੋਕਣ ਲਈ ਕੁਛ ਕਰਨਾ ਪੈਣਾ, ਕੋਈ ਸੱਤੇ ਬਾਂਬ ਜਾਂ ਜੰਡੋ ਬਾਂਬ ਲਾਉਣੀ ਪੈਣੀ। ਹਾਂ ਆਈ ਮੇਰੀ ਗੱਲ ਦੀ ਸਮਝ? ਨਹੀਂ ਆਈ। ਨਹੀਂ ਆਈ? ਨਹੀਂ। ਤੂੰ ਨਾ ਖਾਇਆ ਕਰ ਕਾਵਾਂ ਦਾ ਮੁਰੱਬਾ, ਉਹ ਵੀ ਕਿਸੇ ਤਾਰ ਉੱਤੇ ਬਹਿ ਕੇ। ਮੈਨੂੰ ਵੀ ਨਹੀਂ ਸਮਝ ਆਈ। ਜੇ ਤੈਨੂੰ ਵੀ ਨਹੀਂ ਆਈ ਤਾਂ ਤੂੰ ਆ ਖੱਬੇ ਪਾਸੇ ਆ ਕੇ ਕੰਨ ਫੜ ਲਾ। ਇਹੋ ਜਿਹੇ ਹਾਲਾਤ 'ਚ ਦਿਲ ਹੀ ਨਹੀਂ ਕਰਦਾ ਤਕਰੀਰ ਕਰਨ ਨੂੰ। ਬੋਤਲਾਂ ਖੋਲੋ, ਇੱਕ ਇੱਕ ਪੀਏ ਤਾਂ ਠੰਡੇ ਹੋਈਏ। ਬੇਜ਼ਾਬੀ ਟੋਟੇ।